ਮੀਨਾ ਰਾਣੀ ਤੇ ਅਟਾਰੀਆ 'ਚ ਰਹਿਣ ਵਾਲੀ ਜੀ ਅਤੇ ਉਮਰ 50 ਸਾਲ ਦੀ। ਅਰੇ ਮੇਰੇ ਮਦਰ ਇਨ ਲੋ ਲੱਗਦੇ ਇਹਨਾਂ ਨੂੰ ਮੀਨਸ ਕਿ ਬ੍ਰੇਨ ਵਿੱਚ ਟਿਊਮਰ ਸੀ ਉਹ ਸਾਨੂੰ 2019 ਵਿੱਚ ਸਤੰਬਰ 2 ਤਰੀਕ ਨੂੰ ਪਤਾ ਲੱਗਾ ਸੀ। ਇਹ ਬਾਥਰੂਮ ਵਿੱਚ ਡਿੱਗ ਗਏ ਸੀ ਅਤੇ ਅੱਧਾ ਘੰਟਾ ਬੇਹੋਸ਼ ਗਏ ਸੀ। ਇਹਨਾਂ ਨੂੰ ਹੋਸ਼ ਨਹੀਂ ਆਈ ਸੀ। ਅਸੀਂ ਕਈ ਹੋਸਪਿਟਲਾਂ ਵਿੱਚ ਗਏ ਹਾਂ ਪਰ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਅਤੇ ਅਸੀਂ ਬਾਅਦ ਵਿੱਚ ਸਾਨੂੰ ਕਿਸੇ ਨੇ ਦੱਸਿਆ ਅਸੀਂ ਅਮਨਦੀਪ ਹੋਸਪਿਟਲ ਗਏ ਹਾਂ ਅਤੇ ਮਹਿਰਾ ਡਾਕਟਰ ਜੀ ਨੂੰ ਮਿਲੇ ਹਾਂ ਅਤੇ ਉਹਨਾਂ ਨੇ ਸਾਨੂੰ ਤਸੱਲੀ ਦਿੱਤੀ ਹੈ ਕਿ ਓਪਰੇਸ਼ਨ ਵਧੀਆ ਹੋਏਗਾ ਅਤੇ ਉਹਨਾਂ ਦੇ ਕਹਿਣ ਦੇ ਬਾਵਜੂਦ ਬਹੁਤ ਵਧੀਆ ਓਪਰੇਸ਼ਨ ਹੋਇਆ ਅਤੇ ਤੁਹਾਡੇ ਸਾਹਮਣੇ ਹੈਗੇ ਹਾਂ। ਅਸੀਂ 15-16 ਦਿਨ ਹੋਸਪਿਟਲ ਵਿੱਚ ਰਹੇ ਹਾਂ। ਬਾਅਦ ਵਿੱਚ ਅਸੀਂ ਘਰ ਆਏ ਹਾਂ ਅਤੇ ਇਹਨਾਂ ਦੀ 2 ਹਫ਼ਤੇ ਵਿੱਚ ਰਿਕਵਰੀ ਹੋ ਗਈ ਸੀ। ਇਹਨਾਂ ਦੇ ਟਿਊਮਰ ਕਰਕੇ ਇਹਨਾਂ ਦਾ ਸੱਜਾ ਪਾਸਾ ਜਿਹੜਾ ਲੱਤ ਅਤੇ ਬਾਂਹ ਸੀ ਉਹ ਰੁਕ ਗਈ ਸੀ ਅਤੇ ਮੀਨਸ ਕਿ ਇਲਾਜ ਤੋਂ ਬਾਅਦ ਇਹਨਾਂ ਦੀ ਲੱਤ ਬਾਂਹ ਚੱਲਣ ਲੱਗ ਪਈ। ਹੌਲੀ ਹੌਲੀ ਅਸੀਂ ਮਾਲਿਸ਼ ਕਰਦੇ ਰਹੇ ਸੀ ਜੋ ਸਰ ਨੇ ਕਿਹਾ ਸੀ ਤੇਲ ਲਗਾ ਕੇ ਮਾਲਿਸ਼ ਕਰਨੀ। ਉਸ ਤੋਂ ਬਾਅਦ ਇਹਨਾਂ ਦੀ ਲੱਤ ਦੇ ਬਾਂਹ ਚੱਲਣ ਲੱਗ ਪਈ ਸੀ। ਉਹਦੇ ਕਰਕੇ ਆਪਣਾ ਮੀਨਸ ਕਿ ਵਾਸ਼ਰੂਮ ਵਗੈਰਾ ਜਾਂਦੇ ਆ ਕੱਪੜੇ ਵਗੈਰਾ ਬਦਲਦੇ ਆ। ਅਸੀਂ ਹੋਸਪਿਟਲਾਂ 'ਚ ਗਏ ਪਰ ਕਰੋਨਾ ਕਰਕੇ ਕੋਈ ਵੀ ਡਾਕਟਰ ਸਾਡੇ ਨਾਲ ਗੱਲਬਾਤ ਚੰਗੀ ਤਰ੍ਹਾਂ ਨਹੀਂ ਕਰਦਾ ਸੀ। ਫੋਨ 'ਤੇ ਕਰਦੇ ਸੀ, ਦੂਰ ਬੈਠ ਕੇ ਕਰਦੇ ਸੀ, ਪਰ ਅਮਨਦੀਪ ਹੋਸਪਿਟਲ ਮਹਿਰਾ ਡਾਕਟਰ ਸਾਡੇ ਕੋਲ ਬੈਠ ਕੇ ਸਾਰੀ ਗੱਲਬਾਤ ਪੁੱਛਦੇ ਸੀ ਅਤੇ ਸਭ ਕੁਝ ਪੁੱਛਦੇ ਸੀ ਕਿ ਕੀ ਹੋਇਆ ਕੀ ਨਹੀਂ ਹੋਇਆ ਅਤੇ ਇਸ ਤਰ੍ਹਾਂ ਮੀਨਸ ਕਿ ਕਰੋਨਾ ਕਰਕੇ ਉਹ ਡਾਕਟਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਸੀ। ਇਹ ਡਾਕਟਰ ਬਹੁਤ ਵਧੀਆ ਗੱਲ ਕਰਦੇ ਸੀ। ਜਿੰਨਾ ਕਿਸੇ ਨੂੰ ਵੀ ਪ੍ਰੋਬਲਮ ਟਿਊਮਰ ਦੀ ਹੋਵੇ ਉਹ ਅਮਨਦੀਪ ਹੋਸਪਿਟਲ ਮਹਿਰਾ ਡਾਕਟਰ ਨੂੰ ਦਿਖਾ ਸਕਦੇ ਆ। ਇਸ ਕਰਕੇ ਦੇਖੋ ਤੁਹਾਡੇ ਸਾਹਮਣੇ ਮਦਰ ਜੀ ਨੂੰ ਲੋਕ ਬਿਲਕੁਲ ਵਧੀਆ ਹੈਗੇ ਨੇ। ਉਹਨਾਂ ਨੇ ਓਪਰੇਸ਼ਨ ਕੀਤਾ, ਬਹੁਤ ਵਧੀਆ ਕੀਤਾ। ਉਹਨਾਂ ਨੂੰ ਬਹੁਤ ਬਹੁਤ ਥੈਂਕਸ ਮਹਿਰਾ ਡਾਕਟਰ ਨੂੰ। ਮੇਰਾ ਨਾਮ ਬਰਿੰਦਰ ਕੁਮਾਰ, ਮੇਰੇ ਘਰ ਜਾਣਾ ਮੀਨਾ ਰਾਣੀ। ਇਹਨਾਂ ਦਾ ਇਲਾਜ ਜੋ ਹੋਇਆ ਹੈ ਅਮਨਦੀਪ ਹਸਪਤਾਲ ਵਿੱਚ ਹੋਇਆ ਹੈ ਡਾਕਟਰ ਮਹਿਰਾ ਦੇ ਸਾਹਿਬ। ਅਸੀਂ ਚੰਡੀਗੜ੍ਹ ਗਏ, ਅਸੀਂ ਉੱਥੋਂ ਮਤਲਬ ਧੱਕੇ ਧੁੱਕੇ ਖਾ ਕੇ ਆ ਗਏ। ਅਸੀਂ ਮੁੜ ਕੇ ਅਮਨਦੀਪ ਡਾਕਟਰ ਸਾਹਿਬ ਕੋਲ ਆਏ, ਉਹਨਾਂ ਸਾਨੂੰ ਚੰਗੀ ਰਾਇ ਦਿੱਤੀ ਅਤੇ ਹੋਰ ਵੀ ਬਣੇ ਜਾਂਦੇ ਜਾਂਦੇ ਰਹੇ ਆ। ਨਹੀਂ, ਸਾਨੂੰ ਜੋ ਡਾਕਟਰ ਸਾਹਿਬ ਦੇ ਚੰਗਾ ਲੱਗਾ ਅਸੀਂ ਉਹਨਾਂ ਨੂੰ ਆ ਕੇ ਇਹਨਾਂ ਨੂੰ ਦਾਖਲ ਕਰਾਤਾ ਹਸਪਤਾਲ ਆਣ ਕੇ। ਸਾਨੂੰ ਚੰਗਾ ਇਲਾਜ ਹੋਇਆ, ਉਹਨੇ ਸਾਨੂੰ ਬੜੀ ਆਗਿਆ ਦਿੱਤੀ ਹੈ। ਹੁਣ ਸਾਡਾ ਮਰੀਜ਼ ਬਿਲਕੁਲ ਸਹੀ ਹੈ, ਸਾਡੇ ਘਰ ਬੈਠਾ ਹੋਇਆ। ਮੈਂ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ।